ਅਸਲਾਮ ਅਲੈਕਮ। ਇਸ ਲਈ ਮੈਂ ਬੈਠਾ ਨੇ ਆ, ਤੁਸਾਂ ਸਮਝ ਰਹੇ ਹੋ ਪਤਾ ਨਹੀਂ ਕਿੱਥੇ ਬੈਠਾ ਨੇ, ਲੇਕਿਨ ਇੱਕ ਜੱਬਰ ਆ ਗ੍ਰਾਂ ਦੇ ਹੱਥਾਂ 'ਚ ਜੱਬਰ ਹੋਣੇ ਹੁਣ ਸੀ। ਇਹ ਫਿਰ ਵੀ ਤੁਸੀਂ ਪੱਕੀਆਂ ਦੀਵਾਰਾਂ ਨਜ਼ਰ ਰੱਖਣੀ, ਲੇਕਿਨ ਕੱਚੀਆਂ ਦੀਵਾਰਾਂ ਵਾਲੇ ਜੱਬਰ ਹੋਣੇ ਹੁਣ ਸੀ। ਅਤੇ ਇਹ ਜੱਬਰ ਬਿਲਕੁਲ ਸੁੱਕਾ ਵਾ, ਇਹ ਜੱਬਰ ਕਿਸੇ ਤਨਜ਼ੀਮ ਨੇ ਤਾਂ ਨਾਲ ਬਣਾਇਆ ਸੀ, ਲੇਕਿਨ ਕੋਈ ਲੀਕ ਕਰਨਾ ਹੈ ਮਾਹੇ ਲਈ। ਅਤੇ ਬਾਰਿਸ਼ ਹੋਣ ਵੀ ਤਾਂ ਸੀ, ਪਾਣੀ ਜ਼ਿਆਦਾ ਦੇਰ ਠਹਿਰਨਾ ਨਹੀਂ ਹੈ, ਕੁਝ ਦੇਰ ਠਹਿਰਨਾ ਹੈ ਫਿਰ ਪਾਣੀ ਲੀਕ ਹੋ ਜਾਣਾ ਹੈ। ਅਤੇ ਇਹ ਬੜੀ ਪੁਰਾਣੀਆਂ ਯਾਦਾਂ ਸਨ ਜੱਬਰੇ 'ਚ। ਮੈਂ ਯਾਦ ਸੀ ਕਿ ਇੱਕ ਇਹ ਜੱਬਰ ਨਹੀਂ ਸੀ, ਲੇਕਿਨ ਇੱਕ ਹੋਰ ਜੱਬਰ ਸਿਆ ਜਿੱਥੇ ਅਸਾਂ ਬਚਪਨ ਹੀ ਜਾਈ ਤਾਂ ਨਹਾਉਣੇ ਹੋਣ ਸੀ, ਗੰਦਾ ਪਾਣੀ ਹੋਣ ਸੀ ਬਿਲਕੁਲ, ਜਿਸ ਤਰ੍ਹਾਂ ਇਹ ਪਾਣੀ ਆ ਨਾ, ਇਹ ਫਿਰ ਵੀ ਥੋੜ੍ਹਾ ਜਿਹਾ ਇਹ ਪਾਣੀ ਜਿਹੜਾ ਹੈ ਨਾ, ਇਹ ਫਿਰ ਵੀ ਦੱਸੋ ਥੋੜ੍ਹਾ ਜਿਹਾ, ਇਹ ਫਿਰ ਵੀ ਥੋੜ੍ਹਾ ਜਿਹਾ ਸਾਫ਼ ਆ। ਉਹ ਪਾਣੀ ਬਹੁਤ ਗੰਦਾ ਹੋਣਾ ਸਿਆ, ਔਰ ਉਸ ਗੰਦੇ ਪਾਣੀਆਂ 'ਚ ਅਸਾਂ ਜਾ ਕੇ ਗੁਸਲ ਕਰਨੇ ਹੋਣੇ ਸਿਆ, ਤਾਂ ਮੂੰਹਾਂ ਵਿੱਚ ਵੀ ਜਾਣਾ ਹੋਣਾ ਸਿਆ। ਉਹਦੇ ਬਚਪਨ 'ਚ ਪੁੱਤੋ ਕਿ ਬੰਦੇ ਹੀ ਨਹੀਂ ਸਮਝ ਆਉਣੀ ਹੈ ਕਿ ਪਾਣੀ ਗੰਦਾ ਆ, ਜਰਾਸੀਮ ਹੋਸਨ ਜਿਸਮੀ ਖਾਰਿਸ਼ ਲੱਗ ਸੀ ਇਹ ਉਹ, ਤਾਂ ਉਸ ਗੰਦੇ ਪਾਣੀ ਵਿੱਚ ਜਿਹੜਾ ਅਸਾਂ ਨਹਾਉਣੇ ਹੋਣ ਸੀ। ਤਾਂ ਇੱਕ ਦਫ਼ਾ ਮੈਨੂੰ ਯਾਦ ਹੈ, ਚਲੋ ਨਾਲ ਵਾਕਿਆ ਵੀ ਸ਼ੇਅਰ ਕਰੀ ਹੋਣਾ, ਵੈਸੇ ਗੱਲੋਂ ਗੱਲ ਨਿਕਲੀ ਆਈ ਹੈ ਕਿ ਇਸਾ ਕਰ ਰਹੇ ਹੋ ਜਾਂ ਇੱਥੇ ਉੱਪਰ ਚੜ੍ਹੀ ਨਾ, ਅਤੇ ਮੈਂ ਆਪਣੇ ਦੋਸਤਾਂ ਦੀ ਮੂੰਹ ਰਚਾਈ ਨਾਲ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਮੂੰਹ ਰਚਾਈ ਮੈਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਮਾੜੇ ਪੈਰ ਉੱਥੇ ਅੜਕੀ ਆਈਆਂ, ਮੋਚ ਆਈ ਉਹ ਜਾਈ ਭੀਆਂ ਪਿਆ, ਮਾੜਾ ਪੈਰ ਉੱਥੋਂ ਮੋਚ ਆਈ, ਤਾਂ ਯਾਨੀ ਕਿ ਪੈਰ ਮਿਟੁਰਨ ਨਾ ਹੋਵੇ। ਫਿਰ ਘਰੋਂ ਜਿਹੜਾ ਪਤਾ ਚੱਲਿਆ ਨਾ ਬੰਦੇ ਜਾਂਦੇ ਗਏ, ਤਾਂ ਮੂੰਹ ਰਚਾਈ ਤਾਂ ਆਉਂਦਾ ਨਾ, ਫਿਰ ਪੈਰਾਂ ਨੇ ਮੋਚ ਕੱਢੀ ਨੇ, ਅਤੇ ਬੜੀ ਯਾਦਗਾਰ ਦੌਰ ਹੋਣਾ ਹੈ। ਅਤੇ ਹੁਣ ਅੱਜ ਕੱਲ੍ਹ ਲੋਕਾਂ ਘਰਾਂ 'ਚ ਟੈਂਕੀ ਸ਼ੈਂਕੀ ਬਣਾਈ ਕਿੰਨੀਆਂ, ਇਹ ਜਬਰ ਸ਼ਬਰ ਤਕਰੀਬਨ ਖਤਮ ਹੋਣੇ ਜਾਣੇ, ਕਿਉਂਕਿ ਹਰ ਘਰ 'ਚ ਲੋਕਾਂ ਬਾਰਿਸ਼ਾਂ ਨਹੀਂ ਸੀ ਹੋਣੀਆਂ, ਤਾਂ ਟੈਂਕੀ ਬਣਾਈ ਕਹਿੰਦੀ ਹੈ, ਬੜੀ ਬੜੀ ਟੈਂਕੀ ਜਿੱਥੇ ਉਹ ਆਪਣੇ ਘਰ ਦੀ ਜ਼ਰੂਰਤ ਪਾਣੀ ਜਿਹੜਾ ਸਟੋਰ ਕਰੀ ਕਹਿੰਦੇ। ਅਤੇ ਇਹ ਵੀ ਇੱਕ ਜੱਬਰ ਸਿਆ, ਇੱਥੋਂ ਅਸਾਂ ਗੁਜ਼ਰੇ ਸੀ, ਅਸਾਂ ਇੱਕ ਵਿਲਾਗ ਬਣਾਉਣੇ ਸੀ, ਗਏ ਨਹੀਂ ਸੀ, ਅਤੇ ਇਹ ਨਜ਼ਰ ਆਇਆ, ਤਾਂ ਮੈਂ ਇਹ ਵੀ ਬੜਾ ਯੂਨੀਕ ਜਿਹੀ ਚੀਜ਼ ਹੈ, ਇਸ ਤਰ੍ਹਾਂ ਵੀ ਬਣਾਈ ਹੋਣਾ, ਤੁਸੀਂ ਚੌਹਾਂ ਤਰਫੋਂ ਇਸ ਲੁੱਕ ਤੱਕ ਹੀ ਸਕਦੇ ਹੋ, ਬੜੀ ਖੂਬਸੂਰਤ ਲੁੱਕ ਹੈ ਇਸਨੀ। ਇਹ ਜਨਾਬ ਗ੍ਰਾਂ ਦੇ ਹੱਥਾਂ 'ਚ ਜਿਹੜਾ ਥੋੜ੍ਹਾ ਜਿਹਾ ਜਿੱਦੀ ਦੌਰ ਆਇਆ ਸੀ ਜਬਰਾਂ ਨਾਲ, ਇਹ ਹੋਇਆ ਪਹਿਲੇ ਜਿਹੜਾ ਕੱਚੇ ਜਬਰ ਹੋਣੇ ਹੁਣ ਸੀ, ਉਹਨੇ ਜਬਰੀਆਂ ਵੀ ਆਖਣੇ ਹੋਣ ਸੀ, ਜਿਹੜੀ ਛੋਟੇ ਸਾਈਜ਼ 'ਚ ਸੀ ਉਹ ਜਬਰੀ ਹੋਣੀ ਸੀ, ਤਾਂ ਜਿਹੜੇ ਬੜੇ ਸਾਈਜ਼ ਉਹ ਜਬਰ ਹੋਣ ਸਿਆ, ਲੇਕਿਨ ਉਹ ਬਿਲਕੁਲ ਕੱਚੇ ਹੋਣ ਸੀ, ਵੈਸੇ ਹੀ ਖੂਨੀ ਤਾਂ ਬਣਾਏ ਨੇ ਹੁਣ ਸੀ। ਬਾਅਦ ਉਹ ਲੋਕ ਗ੍ਰਾਂ ਦੇ ਹੱਥਾਂ ਲਾਦੀ ਸ਼ਾਦੀ ਕਰਨੇ ਹੁਣ ਸੀ ਨਾ, ਤਾਂ ਲਾਦੀ ਕਰਨ ਤੋਂ ਬਾਅਦ ਜਿਹੜਾ ਨਾ ਉਹ ਜਗ੍ਹਾ ਵੈਸੇ ਆਟੋਮੈਟਿਕ ਜਿਹੜਾ ਜਬਰ ਬਣ ਜਾਣੀ ਹੁਣ ਸੀ। ਅਤੇ ਉਮੀਦ ਕਰਨਾ ਅੱਜ ਨਾ ਇਹ ਵਲੋਗ ਤੁਸੀਂ ਪਸੰਦ ਆਇਆ ਸੀ, ਉਮੀਦ ਦਿਓ ਇਜਾਜ਼ਤ। ਮੈਂ ਅਲਤਾਫ ਮਲਿਕ, ਤਾਂ ਚੈਨਲ ਸਾਡੀ ਲਾਜ਼ਮੀ ਸਬਸਕ੍ਰਾਈਬ ਕਰੋ, ਤਾਂ ਤੁਸੀਂ ਤੱਕਣੇ ਪਿਓ ਪਹਾੜੀ ਅਤੇ ਪਠਵਾਰੀ ਚੈਨਲ। ਅੱਲਾ ਹਾਫਿਜ਼।